ਮੁੰਬਈ ਹਮਲੇ ਸੰਬੰਧੀ ਨਵਾਜ਼ ਸ਼ਰੀਫ ਦੇ ਬਿਆਨ ਤੇ ਬੋਲੇ ਅਨਿਲ ਵਿਜ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਮੁੰਬਈ ਹਮਲੇ 'ਚ ਪਾਕਿਸਤਾਨ ਦੇ ਹੱਥ ਹੋਣ ਦੇ ਕੀਤੇ ਖੁਲਾਸੇ ਤੇ ਬੋਲਦਿਆਂ ਕਿਹਾ ਕਿ ਨਵਾਜ਼ ਸ਼ਰੀਫ ਨੇ ਉਸ ਸਮੇਂ ਪ੍ਰਧਾਨ ਮੰਤਰੀ ਹੁੰਦਿਆਂ ਕਾਰਵਾਈ ਕਿਉਂ ਨਹੀਂ ਕੀਤੀ। ਬਹੁਤ ਬੜੀ ਸਵੀਕਾਰਯੋਗਤੀ ਹੈ ਔਰ ਹਮ ਤੋਂ ਪਹਿਲੇ ਹੀ ਕਹਿ ਰਹੇ, ਪਹਿਲੇ ਦਿਨ ਸੇ ਕਹਿ ਰਹੇ ਹੈ, ਪਰ ਨਵਾਜ਼ ਸ਼ਰੀਫ ਪਰ ਯੇ ਪ੍ਰਸ਼ਨ ਜ਼ਰੂਰ ਉੱਠ ਰਹਾ ਹੈ ਕਿ ਜਬ ਵੋ ਪੋਜੀਸ਼ਨ ਮੇਂ ਥੇ ਤਬ ਉਨ੍ਹੋਂਨੇ ਯੇ ਬਾਤ ਕਿਉਂ ਨਹੀਂ ਕਹੀ ਔਰ ਤਬ ਉਨ੍ਹੋਂਨੇ ਕਾਰਵਾਈ ਕਿਉਂ ਨਹੀਂ ਕੀ, ਉਨਕੋ ਕਾਰਵਾਈ ਕਰਨੀ ਚਾਹੀਏ ਥੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਸੰਬੰਧੀ ਰਾਸ਼ਟਰਪਤੀ ਨੂੰ ਕੀਤੀ ਗਈ ਸ਼ਿਕਾਇਤ ਤੇ ਉਨ੍ਹਾਂ ਕਿਹਾ ਕਿ ਸੂਬਾ ਦਰ ਸੂਬਾ ਹੋ ਰਹੀ ਹਾਰ ਤੋਂ ਕਾਂਗਰਸ ਘਬਰਾ ਗਈ ਹੈ। ਦੇਖੀਏ, ਕਾਂਗਰਸ ਪਾਰਟੀ ਆਪਣੀ ਨਿਯਮਿਤ ਹੋ ਰਹੀ ਪ੍ਰਦੇਸ਼ ਦਰ ਪ੍ਰਦੇਸ਼ ਹਾਰ ਸੇ ਬੁਰੀ ਤਰ੍ਹਾਂ ਸੇ ਘਬਰਾ ਗਈ ਹੈ ਔਰ ਡਰੀ ਹੋਈ ਕਾਂਗਰਸ ਆਪਣੇ ਪੁਰਦੂ ਪੂਰਵ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੇ ਮਾਧਿਅਮ ਸੇ ਰਾਸ਼ਟਰਪਤੀ ਕੇ ਦਰਬਾਰ ਮੇਂ ਗੁਹਾਰ ਲਗਾ ਰਹੀ ਹੈ। ਕੋਈ ਇਸਕਾ ਮਤਲਬ ਨਹੀਂ ਹੈ, ਯੇ ਕਾਂਗਰਸ ਪੂਰੀ ਤਰ੍ਹਾਂ ਸੇ ਇਸਕੋ ਆਪਣੀ ਜੋ ਹਾਰ ਹੈ ਔਰ ਕਰਨਾਟਕ ਮੇਂ ਵੀ ਜੋ ਇਸਕੋ ਆਪਣੀ ਹਾਰ ਦਿਖ ਰਹੀ ਹੈ ਉਸਕੇ ਤਹਿਤ ਇਹ ਸਭ ਕੁਛ ਹੋ ਰਹਾ ਹੈ।